ਹੈਲੋ ਗਾਇਸ ਸ਼ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਗੁਰਸੇਰਤ ਨੇ 48 ਗਰਾਰੀ ਮਹਿੰਦੀ ਲਵਾਉਣ ਦੀ ਕਹਿੰਦੀ ਮੈਂ ਮਹਿੰਦੀ ਲਵਾਉਣੀ ਆ ਜਦੋਂ ਦਾ ਮੈਂ ਆਫਿਸ ਤੋਂ ਆਇਆ ਉਹ ਉਹਦੀ ਨੇ ਰੱਟ ਲਾਈ ਹੋਈ ਆ ਹੁਣ ਲੇਟ ਹੋ ਗਿਆ ਕਾਫੀ ਸ਼ਹਿਰ ਤਾਂ ਸਪੈਸ਼ਲੀ ਕੀ ਜਾਣਾ ਹੁਣ ਇਹਨੇ ਆਪਣੀ ਮੰਮਾ ਨਾਲ ਲੜ ਕੇ ਫਿਰ ਮਨਾਇਆ ਮੰਮਾ ਨੂੰ ਤੇ ਹੁਣ ਮੈਂ ਇਹਦੇ ਵਾਸਤੇ ਪਿੰਡੋਂ ਹੀ ਸ਼ਾਪ ਤੋਂ ਮਿਲ ਗਈਆਂ ਸੀ ਕੀਪ ਮਹਿੰਦੀ ਵਾਲੀਆਂ ਲੈ ਕੇ ਆ ਤੇ ਹੁਣ ਦੇਖਦੇ ਆ ਕਿੱਦਾਂ ਦੀ ਲੱਗੂਗੀ ਮਹਿੰਦੀ ਆਪਣੇ ਆਪ ਵਧੀਆ ਕਿ ਠੀਕ ਠਾਕ ਤੇ ਆਹ ਵੇਖੋ ਇਹਨੇ ਪੰਗੇ ਕਦੀ ਇਹਨਾਂ ਨੂੰ ਨੇਲ ਪਾਲਿਸ਼ ਲਾਉਣ ਲੱਗ ਜਾਂਦੀ ਏ ਗੁਰਸੇਵਰਤ ਗਾਇਜ਼ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜਾ ਤੋਂ ਮੈਂ ਨਿਊ ਨਿਊ ਲਾਉਂਦੀ ਸੀ ਨਾ ਉਹ ਤੋਂ ਮੈਂ ਨਾ ਇਥੇ ਥੋੜੇ ਬਾਅਦ ਥੋੜਾ ਉੱਕੀ ਉੜਦੇ ਸੰ ਕੀ ਇੱਕ ਟਾਈਪ ਆ ਖੜੇ ਹੋ ਜਾਂਦੇ ਸੰ ਤੇ ਮੈਂ ਗਲਤੀ ਕਰਤੀ ਮੈਂ ਉਹਦੇ ਤੋਂ ਮਤ ਘੱਟੀ ਕਰਤੀ ਉਹਨੇ ਇੰਨੀ ਡਾਂਟ ਪਾਈ ਕੀ ਦੱਸਾਂ ਤੁਹਾਨੂੰ ਇੰਨੀ ਡਾਂਟ ਪਾਈ ਸੀ ਕੋਣ ਤਾਂ ਵੈਸੇ ਦੀਵਾਰ ਤੋਂ ਸੁਣਨੇ ਨਹੀਂ ਲੱਗਦੇ ਵਿੱਚ ਜਿਆਦਾ ਨੋਟਿਸ ਨਹੀਂ ਹੁੰਦਾ ਹੈਗਾ ਪਰ ਸ਼ੀਜ਼ ਕਿਊਟ ਤੇ ਲੱਗਦੀ ਬੇਟਾ ਪਰ ਰੋਜ਼ ਤੁਸੀਂ ਇਹ ਨਿੱਕੀ ਦੀ ਨੇਲ ਪਾਲਿਸ਼ ਕਦੀ ਕੁਝ ਮੰਮਾ ਨੇ ਹੁਣੇ ਫਿਰ ਡਾਂਟ ਦੇਣਾ ਤੈਨੂੰ ਇਹਨੂੰ ਕੀ ਕਰ ਲੱਗੇ ਹੁਣ ਹੈਅ ਸਟਾਈਲ ਉਜੀ ਹੁਣ ਸਟਾਰਟ ਹੋ ਗਈ ਮਹਿੰਦੀ ਹੁਣ ਦੇਖਦੇ ਆ ਕਿੱਦਾਂ ਦੀ ਬਣਦੀ ਏ ਤੇ ਗੁਰਸੀਰਤ ਦੀ ਮੰਮਾ ਬਣਾਉਣ ਲੱਗੇ ਨੇ ਆਪਣੇ ਆ ਵੀ ਮੈਂ ਲਗਾਣੀ ਤਾਂ ਆਂਦੀ ਨਹੀਂ ਟਰਾਈ ਕਰਨੇ ਆ ਕਰੋ ਕਰੋ ਟਰਾਈ ਕਰਨ ਵਾਲੀ ਹੁੰਦਾ ਸਾਰਾ ਕੁਝ ਸਿੱਤ ਕੀ ਗਰਾਰੀ ਹੜਾ ਲਈ ਤੂੰ ਮਹਿੰਦੀ ਵਾਲੀ ਕੀ ਸ਼ੌਂਕ ਚੜਿਆ ਤੈਨੂੰ ਕੋਈ ਕੋਈ ਤਿਹਾਰ ਹੋਏ ਤੇ ਬੱਚੂ ਫਿਰ ਤੇ ਆਪਾਂ ਕਰਦੇ ਵੀ ਹਨਾ ਇਦਾਂ ਦਾ ਬਸ ਬੱਚਿਆਂ ਦੀ ਗਰਾਰੀ ਵੀ ਨਾ ਹਾਂ ਤੇ ਫੁੱਲ ਬਾਂ ਕੈਰੀ ਸੀ ਹੂੰ ਬੱਚੇ ਨਹੀਂ ਲਗਾਉਂਦੇ ਬੇਟਾ ਹੱਥ ਤੇ ਲਾ ਲਓ ਥੋੜੀ ਜੀ ਬਸ ਸਿਤ ਬੱਚੂ ਕੋਈ ਗੱਲਬਾਤ ਵੀ ਸੁਣਾਓ ਨਾ ਇਦਾਂ ਦੇ ਬੋਰਿੰਗ ਹੋ ਜਾਏਗਾ ਫਿਰ ਆਪਣੇ ਈ ਵਿਊਅਰਸ ਵੀ ਵੇਖਣਗੇ ਉਹ ਵੀ ਤੇਨਾਂ ਗੱਲਬਾਤ ਕਰਨਾ ਚਾਹੁੰਦੇ ਨੇ ਤੇਰੀ ਇੰਟਰਸਟਿੰਗ ਗੱਲਾਂ ਵੀ ਸੁੰਣਾ ਚਾਹੁੰਦੇ ਨੇ ਹਨਾ ਹੁਣ ਮਹਿੰਦੀ ਵਾਲੀ ਸਟੋਰੀ ਤੇ ਚਲੋ ਆਪਾਂ ਸ਼ੋਅ ਕਰਨੀ ਆ ਮੈਂ ਤੁਸੀ ਉਹ ਸੋਚਣਾ ਬਣਾ ਤਦ ਮੈਂ ਪੈਦਾ ਹੋਈ ਸੀ ਉਹ ਵਾਲੀ ਓਕੇ ਹਾਂ ਇਹ ਗੱਲ ਠੀਕ ਹੈ ਜਦੋਂ ਗੁਰਸੇਤ ਪੈਦਾ ਹੋਈ ਸੀ ਸਾਨੂੰ ਡਾਕਟਰਸ ਨੇ ਬੋਲ ਦਿੱਤਾ ਸੀ ਕਿ ਤੁਹਾਡੀ ਬੇਟੀ ਨੇ ਬਚਣਾ ਹੀ ਨਹੀਂ ਹੈ। ਪਾਪਾ ਪਤਾ ਕਿੰਨਾ ਰੋਈ ਸੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਹੈ। ਪਾਪਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਸੀ ਤਾਂ ਡਾਕਟਰ ਕਹਿੰਦੇ ਸੀ ਨਾ ਤੈਨੂੰ ਇਨਫੈਕਸ਼ਨ ਹੋ ਗਿਆ ਸੀ ਤੇ ਡਾਕਟਰ ਕਹਿੰਦੇ ਵੀ ਅਸੀਂ ਆਪਣਾ ਜਿੰਨਾ ਵੀ ਜ਼ੋਰ ਲੱਗਦਾ ਨਾ ਸੀ ਲਾਤਾ ਜੋ ਆਪਣਾ ਬੈਸਟ ਕਰਤੇ ਸੀ ਕਰਤਾ ਤੇ ਵਾਗਰੂ ਦੇ ਹੱਥ ਹੀ ਹੈ ਹੁਣ ਹਨਾ ਫਿਰ ਸੱਚੇ ਪਾਤਸ਼ਾਹ 'ਗੇ ਅਰਦਾਸ ਕੀਤੀ ਤੇ ਟਾਈਮ ਲੱਗਾ ਬਟਵਾ ਗੁਰੂ ਜੀ ਨੇ ਏਸੀ ਕਿਰਪਾ ਕੀਤੀ ਕਿ ਸਾਡਾ ਮੋਟਾ ਜਿਹਾ ਬੱਚਾ ਬਚ ਗਿਆ ਅਸੀਂ ਬਚਾ ਲਿਆ ਵਾਗਰੂ ਨੇ ਬਚਾਇਆ ਚਲੋ ਅਸੀਂ ਤੇ ਕੀ ਅਸੀਂ ਤੇ ਉਹਦੇ ਅਰਦਾਸ ਹੀ ਕਰ ਸਕਦੇ ਸੀ ਪਰ ਬਹੁਤ ਵਾਰਾ ਸਾਹਿਬ ਜਾ ਕੇ ਬੜਾ ਰੋਇਆ ਸਾਹਿਬ ਜਾ ਕੇ ਵਾਗਰੂ ਨੇ ਅਸੀਂ ਕਿਰਪਾ ਕੀਤੀ ਕਿ ਤੂੰ ਬਚ ਗਿਆ ਫਿਰ ਹਨਾ ਡਾਕਟਰਸ ਨੇ ਫਿਰ ਸਾਨੂੰ ਟਾਈਮ ਦਿੱਤਾ ਸੀਗਾ ਕਿ 24 ਆਵਰਸ ਤੱਕ ਥੋੜਾ ਜਿਹਾ ਥੋੜਾ ਨਹੀਂ ਕਾਫੀ ਡੇਂਜਰ ਆ ਬਟ ਜੇ ਆਹ ਪਾਰ ਹੋ ਗਏ ਸਮਝ ਲਓ ਫਿਰ ਵੱਜ ਜੂਗੀ ਤੁਹਾਡੀ ਕੁੜੀ ਬਟ ਫਿਰ ਜਦੋਂ ਟਾਈਮ ਲੰਘ ਗਿਆ ਇੱਕ ਦਿਨ ਹਨਾ ਤੇ ਫਿਰ ਗੁਰਸੀਰਤ ਐਨ ਠੀਕ ਠਾਕ ਸਾਨੂੰ ਲੱਗੀ ਉਮੀਦ ਬਈ ਫਿਰ ਜੇ ਤੁਸੀਂ ਡਾਕਟਰ ਨੇ ਸਾਨੂੰ ਜਿਹੜਾ ਟਾਈਮ ਦਿੱਤਾ ਸੀ 24 ਘੰਟੇ ਦਾ ਖਤਰਾ ਸੀ ਜਿਹੜਾ ਉਹ ਜਦੋਂ ਨਿਕਲ ਗਿਆ ਤੇ ਫਿਰ ਸਾਨੂੰ ਉਮੀਦ ਹੋਈ ਡਾਕਟਰ ਕਹਿਣ ਲੱਗੇ ਵੀ ਹੁਣ ਤੁਹਾਡੀ ਕੁੜੀ ਵੱਜ ਜੂਗੀ ਤੇ ਫਿਰ ਥੋੜੀ ਜੀ ਜਾਂਚ ਜਾਨ ਆਈ ਤੇ ਗੁਰਸ਼ੀਰਤ ਤੇਰੀ ਮੰਮਾ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਵੀ ਤੂੰ ਕਿੱਥੇ ਆ ਕਿੱਥੇ ਨਹੀਂ ਤੇ ਅਗਲੇ ਦਿਨ ਫਿਰ ਮੰਮਾ ਨੂੰ ਆਪਾਂ ਦੱਸਿਆ ਕਿ ਇਦਾਂ ਇਦਾਂ ਗੁਰਸ਼ੀਰਤ ਥੋੜੀ ਜੀ ਬਿਮਾਰ ਹੋ ਗਈ ਸੀ ਤੇ ਫਿਰ ਦੂਸਰੇ ਹਸਪੀਟਲ ਲੈ ਕੇ ਆਏ ਆ ਮੈਂ ਤੇ ਦਾਦੀ ਮੰਮਾ ਤੇਰੇ ਕੋਲ ਸੀ ਵੱਡੇ ਦਾਦੀ ਮੰਮਾ ਆਰੀ ਪੂਜੀ ਆਰੀ ਮੰਮਾ ਕੋਲ ਸਨ ਤੇ ਮੰਮਾ ਨੂੰ ਕੁਝ ਨਹੀਂ ਸੀ ਪਤਾ ਉਹ ਫਿਰ ਬਾਅਦ ਚੋਂ ਫਿਰ ਜਦੋਂ ਠੀਕ ਠਾਕ ਹੋ ਗਿਆ ਸਾਰਾ ਕੁਝ ਨਾ ਫਿਰ ਦੱਸਿਆ ਸੀ ਮੰਮਾ ਨੂੰ ਤੇ ਉਹ ਸਾਨੂੰ ਹੀ ਪਤਾ ਸੀਗਾ ਤੇ ਫਿਰ ਵੀ ਇੱਕ ਵੀਕ ਕੰਟੀਨਿਊਸਲੀ ਹਸਪੀਟਲ ਰਹਿਣਾ ਪਿਆ ਤੈਨੂੰ ਡਾਕਟਰ ਨੇ ਨਾ ਉਹ ਐਮਰਜੈਂਸੀ ਬੋਰਡ ਚ ਰੱਖਿਆ ਸੀਗਾ ਤੇ ਉਹ ਮਸ਼ੀਨ ਜੀ ਹੁੰਦੀ ਕੀ ਕਹਿੰਦੇ ਨੇ ਆ ਭੁੱਲ ਗਿਆ ਮੈਂ ਉਹਦੇ ਵਿੱਚ ਛੋਟੇ ਬੱਚਿਆਂ ਨੂੰ ਉਹਦੇ ਵਿੱਚ ਰੱਖਦੇ ਆ ਫਿਰ ਉਹਦੇ ਵਿੱਚ ਤੈਨੂੰ ਰੱਖਿਆ ਤੇਰੀ ਬਾਡੀ ਨਾ ਤੇਰੀ ਹੱਥਾਂ ਤੇ ਬਾਹਾਂਾਂ ਤੇ ਕੋਈ ਵੀ ਐਵੇਂ ਦੀ ਜਗ੍ਹਾ ਨਹੀਂ ਸੀ ਜਿੱਥੇ ਉਹ ਸੂਈਆਂ ਨਾ ਲੱਗੀਆਂ ਹੋਣ ਗਲੂਕੋਜ਼ ਵਗੈਰਾ ਜਿੱਥੋਂ ਇੰਜੈਕਸ਼ਨ ਲੱਗਦੇ ਸਰ ਡ੍ਰਿਪ ਲੱਗਦੀਆਂ ਨੇ ਤੇ ਉਹ ਸਾਰੀਆਂ ਉਹ ਤੇਰੀਆਂ ਲੱਗ ਲੱਕੇ ਨਾ ਤੇ ਉਹ ਜਿਹੜੀਆਂ ਤੇਰੀਆਂ ਨਸਾਂ ਉਹ ਫੁੱਲ ਜਾਂਦੀਆਂ ਸਨ ਤੇ ਬਾਹਾਂ ਫੁੱਲ ਜਾਂਦੀ ਸੀ ਜਿਆਦਾ ਕਿਉਂਕਿ ਛੋਟਾ ਬੱਚਾ ਤੇ ਇੰਨੀ ਚੀਜ਼ ਸਹਾਰ ਨਹੀਂ ਸਕਦਾ ਹਨਾ ਫਿਰ ਉਹਨਾਂ ਨੇ ਫੀਟਿਚ ਵੀ ਲਾਇਆ ਸੀ ਰੇੜ ਤੇਰੇ ਤੂੰ ਬੜਾ ਜਦੋਂ ਲਾਉਂਦੇ ਸੀ ਨਾ ਪਹਿਲੇ ਇੱਕ ਦੋ ਦਿਨ ਤੂੰ ਚੀਕਾਂ ਮਾਰੀਆਂ ਫਿਰ ਉਹ ਤੈਨਾਂ ਫਿਰ ਤੂੰ ਪ੍ਰਵਾਹ ਨਹੀਂ ਸੀ ਕਰਦੀ ਫਿਰ ਡਾਕਟਰ ਕਹੇ ਵੀ ਤੁਹਾਡੀ ਕੁੜੀ ਬੜੀ ਦਲੇਰ ਹੈ ਆ ਬੜੀ ਕਰਮਾਂ ਵਾਲੀ ਹੈ ਤੇ ਵਾਹ ਗੁਰੂ ਜੀ ਨੇ ਬੜੀ ਕਿਰਪਾ ਕੀਤੀ ਹਨਾ ਤੇ ਬਹੁਤ ਖੁਸ਼ੀ ਹੋਈ ਫਿਰ ਜਦੋਂ ਤੂੰ ਠੀਕ ਹੋ ਗਿਆ ਨਾ ਫਿਰ ਮੈਂ ਗੁਰਦੁਆਰਾ ਸਾਹਿਬ ਬਰਫੀ ਦਾ ਡੱਬਾ ਲੈ ਕੇ ਗਿਆ ਵਾਹ ਗੁਰੂ ਗੇ ਅਰਦਾਸ ਸ਼ੁਕਰਾਨਾ ਕੀਤਾ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਬੱਚੇ ਨੂੰ ਬਚਾ ਲਿਆ ਧੀਆਂ ਵੀ ਸਾਡੇ ਪੁੱਤਰਾਂ ਵਰਗੀਆਂ ਹੁੰਦੀਆਂ ਨੇ ਤੇ ਸਭ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹਨਾ ਪਹਿਲੇ ਟਾਈਮ ਵਿੱਚ ਥੋੜਾ ਜਿਹਾ ਫਰਕ ਸੀਗਾ ਬਟ ਹੁਣ ਨਹੀਂ ਹੁਣ ਸਾਰੇ ਇਕੁਅਲ ਹੀ ਆ ਮੁੰਡੇ ਕੁੜੀਆਂ ਬਰਾਬਰ ਤੇ ਉਹ ਬਹੁਤ ਬੜਾ ਦੁੱਖ ਵੀ ਸੀ ਪਰ ਫਿਰ ਜਦੋਂ ਤੂੰ ਠੀਕ ਹੋ ਗਿਆ ਨਾ ਫਿਰ ਬਹੁਤ ਖੁਸ਼ੀ ਹੋਈ ਤੂੰ ਬੜੀ ਤਕਲੀਫ ਸਹੀ ਹੈ ਨਾ ਬਾਅਦ ਚੋਂ 5 ਸਾਲ ਤੱਕ ਤੈਨੂੰ ਕਾਫੀ ਦਿੱਕਤਾਂ ਆਉਂਦੀਆਂ ਰਹੀਆਂ ਫਿਰ ਜਦੋਂ ਤੂੰ 5 ਸਾਲ ਤੋਂ ਓਵਰ ਹੋਇਆ ਨਾ 5 ਸਾਲ ਤੈਨੂੰ ਹਰ ਸਾਲ April ਦੇ ਮਹੀਨੇ ਜੂਨ ਮਹੀਨਾ ਇਹਨਾਂ ਇਨਫੈਕਸ਼ਨ ਪੱਕਾ 100% ਇਨਫੈਕਸ਼ਨ ਹੋ ਜਾਂਦਾ ਤੈਨੂੰ 5 ਸਾਲ ਤੱਕ ਸੀ ਬਹੁਤ ਹੀ ਇਨਫੈਕਸ਼ਨ ਹੁੰਦਾ ਸੀ ਬਹੁਤ ਜ਼ਿਆਦਾ ਥੋੜੀ ਜੀ ਕੋਈ ਚੀਜ਼ ਤੋਂ ਹੋ ਜਾਣਾ ਥੋੜਾ ਜਿਹਾ ਪਾਣੀ ਇਦਾਂ ਉਦਾਂ ਕੁਝ ਵੀ ਹਨਾ ਗੜਬੜ ਹੋ ਜਾਂਦੀ ਸੀ ਤੇ ਮੂੰਹ ਚ ਅੰਦਰ ਚਲਾ ਜਾਣਾ ਪੂਲ ਵਗੈਰਾ ਜਾਂ ਕਿਵੇਂ ਵੀ ਫਿਰ ਫੇਰ ਡਾਕਟਰ ਕੋਲ ਜਾਣਾ ਫੇਰ ਉਹਨੇ ਉਹ ਡ੍ਰਿਪ ਲਾਣੀਆਂ ਹਨਾ ਬੜਾ ਪੰਗਾ ਹੁੰਦਾ ਸੀ ਫੇਰ ਤੂੰ ਚੀਕਾਂ ਮਾਰਨੀ ਆ ਹੁਣ ਵਾਇਗਰੂ ਵੀ ਮੀਨ ਹੁਣ ਤੇ ਚਲੋ ਵੱਡਾ ਹੋ ਗਿਆ ਗੁਰਸੇਰਤ ਹੁਣ ਫੈਬੇਚ ਫੈਬੇਚ ਸਾਡੇ ਮੋٹے ਲਾਲਲੇ ਨੇ 10 ਸਾਲ ਦਾ ਹੁਣ ਫੇਰ ਇੰਜੈਕਸ਼ਨ ਲੱਗੇਗਾ ਲਾਸਟ ਹੈ ਲਾਸਟ ਇੰਜੈਕਸ਼ਨ ਹੈ ਬੇਟਾ ਉੱਤੇ ਲੱਗਣੀ ਹੀ ਲੱਗਣਾ ਹਨਾ ਫੇਰ ਸਾਰਾ ਵੈਕਸੀਨੇਸ਼ਨ ਕੰਪਲੀਟ ਹੁੰਦੀ ਹੈ ਤੇ ਕਰਨੀ ਪੈਂਦੀ ਹਨਾ ਜਦੋਂ 10 ਸਾਲ ਦਾ ਫੇਰ ਇੱਕ ਇੰਜੈਕਸ਼ਨ ਹੈ ਫਿਰ ਉਸ ਦਿਵਾਰ ਵਾਗਰੂ ਕਰੇ ਕੋਈ ਨਾ ਲੱਗੇ ਕਦੀ ਵੀ ਤੇ ਸਹਲੀ ਕੋਈ ਗੱਲ ਨਹੀਂ ਹੁਣ ਤੱਕੜਾ ਬੱਚੋ ਪਰਵਾਹ ਨਹੀਂ ਕਰਦਾ ਤੂੰ ਦਲੇਰ ਹੈ ਸਟਰੋਂਗ ਗਰਲ ਹੁਣ ਕੀ ਪ੍ਰਵਾਹ ਹੋਣੇ ਪ੍ਰਵਾਹ ਕਰਦਾ ਬੱਚੂ ਚੱਕ ਦੇ ਫੱਟੇ ਸੀਰ ਜਦੋਂ ਫਤਿਹ ਹੋਇਆ ਸੀ ਨਾ ਤੇ ਤੂੰ ਨਾ ਮੰਮਾ ਨੂੰ ਹੱਥ ਨਹੀਂ ਸੀ ਲਾਣ ਦੇਂਦੀ ਹੁੰਦੀ ਫਤਿਹ ਨੂੰ ਤੂੰ ਕਹਿਣਾ ਕਰਨਾ ਪੂਜੀ ਫਤਿਹ ਨੂੰ ਚੋਕ ਕੇ ਨਾ ਬਾਹਰ ਸੱਟ ਕੇ ਆਓ ਤੂੰ ਬਿੱਲ ਤੂੰ ਇਨਾ ਉਹਨੂੰ ਹੇਟ ਕਰੇ ਕਰੇ ਮੇਰੇ ਮੰਮਾ ਦੇ ਕੋਲ ਤੇ ਤੂੰ ਸੌਣ ਵੀ ਨਹੀਂ ਸੀ ਦਿੰਦੀ ਫਿਰ ਫਿਰ ਹਾਂ ਫਿਰ ਪੂਜੀ ਤੈਨੂੰ ਨਾ ਆਪਣੇ ਨਾਲ ਬਹਾਨੇ ਨਾਲ ਗੱਲਾਂ ਚ ਲਾ ਕੇ ਆਪਣੇ ਨਾਲ ਸਵਾਲ ਇਹਨ ਜਦੋਂ ਤੂੰ ਸੋ ਜਾਂਦਾ ਸੈਂ ਫਿਰ ਦਾਦੀ ਮੰਮਾ ਮੰਮਾ ਦੇ ਕੋਲ ਫਤੈ ਨੂੰ ਛੱਡ ਕੇ ਆਂਦੇ ਸਨ ਨਹੀਂ ਤੇ ਉਤੂੰ ਬੜੀਆਂ ਚੀਕਾਂ ਮਾਰਨੀ ਆ ਇਹਨੂੰ ਗੰਦੇ ਨੂੰ ਬੋਲੀ ਮਾਰੋ ਇਹਨੂੰ ਬਾਹਰ ਸੱਟ ਕੇ ਆਓ ਇਹ ਗੰਦੇ ਜੇ ਨੂੰ ਮੇਰੀ ਮੰਮਾ ਕੋਲ ਨਹੀਂ ਆਉਣਾ ਚਾਹੀਦਾ ਬੱਚੇ ਵੜਾ ਕਰਦੇ ਨੇ ਸੀ ਇਹ ਤਾਂ ਛੋਟੇ ਬੱਚੇ ਦੇ ਸਾਰਿਆਂ ਨੂੰ ਹੁੰਦਾ ਹੈ ਇਦਾਂ ਨਾ ਵੀ ਹੁੰਦਾ ਹੀ ਏ ਵੀ ਮੇਰੀ ਜਗ੍ਹਾ ਵੀ ਮੇਰੀ ਜਗ੍ਹਾ ਕੋਈ ਹੋਰ ਕਿਉਂਕਿ ਛੋਟੇ ਬੱਚੇ ਨੂੰ ਫਿਰ ਥੋੜੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਨਾ ਤੇ ਫਿਰ ਇਸ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਵੀ ਤੇਰੀ ਉਹਨੀ ਕੇਅਰ ਨਹੀਂ ਹੈ ਬਟ ਤੇਨੂੰ ਪਤਾ ਹੀ ਆ ਫਤੇ ਤੋਂ ਜ਼ਿਆਦਾ ਤੇਰੀ ਕਰਨੇ ਆਪਾਂ ਹਣਾ ਬੱਚੇ ਵਧਾ ਲੈ ਮੇ ਤਾਂ ਛੋਟਾ ਹੈ ਲੇਕਿਨ ਕੇਅਰ ਸੌਕਾ ਅੱਜ ਸਭ ਤੋਂ ਜ਼ਿਆਦਾ ਮੇਰੀ ਹੁੰਦੀ ਹੈ ਕੁਸ਼ਰਾਰਤੀ ਵੀ ਜ਼ਿਆਦਾ ਨਾ ਬੇਟਾ ਫਿਰ ਉਂਝ ਵੀ ਤੇਨ ਨਾਲ ਪਿਆਰ ਫਿਰ ਸ਼ੁਰੂ ਤੋਂ ਜ਼ਿਆਦਾ ਉਹਦੇ ਨਾਲ ਵੀ ਪਿਆਰ ਬੜਾ ਪਰ ਉਹ ਤੇਰਾ ਨਾ ਫਿਰ ਵੀ ਚੋਖਾ ਹੈ ਉਹਨੂੰ ਤੇ ਵਿਚਾਰੇ ਗਰੀਬ ਨੂੰ ਕੁੱਟ ਵੀ ਬੜੀ ਵਾਰ ਪੈ ਜਾਂਦੀ ਹੈ ਬਹੁਤ ਜ਼ਿਆਦਾ ਤੈਨੂੰ ਤੇ ਕਦੀ ਨਹੀਂ ਪਈ ਹੈ ਨਾ ਮੈਨੂੰ ਮੰਮਾ ਤੋਂ ਤੇ ਬਹੁਤ ਵਾਰ ਪੈਂਦੀ ਲੇਕਿਨ ਪਾਪਾ ਨੇ ਮੈਨੂੰ ਕਦੀ ਨਹੀਂ ਮਾਰਿਆ ਬਸ ਇੱਕ ਵਾਰ ਜ਼ਿਆਦਾ ਜ਼ੋਰ ਕਿ ਲੱਗਿਆ ਸੀ ਗੱਲ ਤੇ ਇੱਕ ਵਾਰ ਬਾਬਾ ਦਾ ਇੱਕ ਛੋਟੀ ਜਿਹੀ ਚਪੇਟ ਵੱਜੀ ਸੀ ਨਾ ਰੀਅਲੀ ਛੋਟੀ ਛੋਟੀ ਸੀ ਇਹ ਉਹ ਢੀ ਸੀ ਪਰ ਫਿਰ ਉਸ ਤੋਂ ਬਾਅਦ ਨਹੀਂ ਕਦੀ ਵੀ ਹੈ ਨਾ ਫਤੈ ਨੂੰ ਤੇ ਰੋਜ਼ ਮੰਮਾ ਪਾਪਾ ਦੀ ਮੇਰੇ ਫਾਈਟ ਕਿੰਨੀ ਹੋਈ ਸੀ ਉਸ ਚਪੇਟ ਕਰਕੇ ਚਲੋ ਕਦੀ ਕਦੀ ਚਲਣੀ ਚਾਹੀਦੀ ਐਵੇਂ ਦੀ ਚੀਜ਼ ਵੀ ਪਰ ਫਤੇ ਨੂੰ ਤੇ ਕਈ ਵਾਰ ਵਿਚਾਰੇ ਦੀ ਕੁਟਾਈ ਹੁੰਦੀ ਹੈ ਨਾ ਉਹ ਰੋਜ਼ ਰੋਜ਼ ਮਮਾ ਫਿਰ ਉਹਨੂੰ ਕਾਬੂ ਵੀ ਕਰਨਾ ਬੇਟਾ ਫਿਰ ਉਹ ਤੂੰ ਸਮਝਦਾਰ ਹੈ ਨਾ ਉਹ ਚਲੇ ਛੋਟਾ ਫਿਰ ਜੇ ਥੋੜੀ ਬੋਤੀ ਚੰਡਾਈ ਉਹਦੀ ਹੋਏਗੀ ਤਾਂ ਹੀ ਫਿਰ ਕਾਬੂ 'ਚ ਰਹੇਗਾ ਨਹੀਂ ਤੇ ਫਿਰ ਵਿਗੜ ਜਾਏਗਾ ਨਾ ਫਿਰ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਕਰਨਾ ਪੈਣਾ ਦੇ ਇੱਕ ਹੈਂਡ ਤੇ ਕੰਪਲੀਟ ਆਈ ਥਿੰਕ ਹੋ ਚੱਲਿਆ ਯੈਸ ਪਤਾਰੀ ਉਹਨ ਕੀ ਬਣ ਰਿਹਾ ਹੈ ਬਣਾਈ ਜਾ ਰਿਹਾ ਹੈ ਬੜਾ ਬੜਾ ਆਗਰੇਬਾਤ ਕੰਪਲੀਟ ਹੋਏਗਾ ਨਾ ਫਿਰ ਪਤਾ ਲੱਗੇਗਾ ਇਤਾਂ ਕੁਛ ਨਹੀਂ ਪਤਾ ਲੱਗਣਾ ਫਾਈਨਲ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਨਾ ਹੁਣ ਸੀਰਤ ਕਿੰਨਾ ਟਾਈਮ ਕਿੰਨੀ ਦੇਰ ਇਹਨੂੰ ਰੱਖਣਾ ਪਏਗਾ ਸੁੱਕਣ ਵਾਸਤੇ ਫਿਰ ਹੱਥ ਨੂੰ ਬਚਾ ਕੇ ਮੇਰੀ ਖਿਆਲ ਨਾਲ 1 ਹਾਅਰ ਐਂਡ ਹਾਫ 1 1 ਹਾਅਰ ਠੀਕ ਰਹੇਗਾ ਕਿੱਦਾਂ ਹੈਂਡਲ ਕਰੇਗਾ ਤੂੰ ਮੈਨੂੰ ਪਤਾ ਤੂੰ ਕਿੰਨਾ ਟੈਕ ਹੱਥ ਨੂੰ ਇਦਾਂ ਕਰਕੇ ਤੂੰ ਸਾਰੀ ਖਰਾਬ ਕਰ ਦੇਣੀ ਜੀਰੇ ਥੋੜੀ देर ਨੂੰ ਸਿੱਧ ਸਿੱਧੀ ਕਰੀ ਸਾਰੀ ਬੱਚੂ ਟਾਈਮ ਲੱਗਦਾ ਮਿਹਨਤ ਲੱਗਦੀ ਹਨਾ ਬਟ ਤੂੰ ਥੋੜੀ ਦੇਰ ਰੱਖਣਾ ਫਿਰ ਹੱਥੇ ਇਧਰ ਮਾਰਨਾ ਤੂੰ ਤੇ ਚਲੋ ਜੀ ਨਹੀਂ ਨੇ ਬੋਸ਼ ਕਰਾਣਾ ਮੈਨੂੰ ਕੋਈ ਨਾ ਕੋਈ ਬੈੱਡ ਸ਼ੀਟ ਜਾਂ ਕੁਝ ਹੋਰ ਤੂੰ ਗੜਬੜ ਕਰ ਦੇਣੀ ਹੈ ਪਰ ਜਿਆਦਾ ਦੇਰ ਨਾ ਰੱਖੀ ਥੋੜਾ ਨਾ ਛੇਤੀ ਬੇਟਾ ਉਹ ਕਰ ਫਿਰ ਬੇਟਾ ਜਿਆਦਾ ਡਾਰਕ ਹੋ ਜਾਏਗੀ ਫਿਰ ਬਲੈਕ ਲਾਈਫ ਬੜੇ ਦੇ ਨਿਓ ਹੋਣੀ ਸਾਫ ਨਾ ਛੋਟੇ ਬੱਚਨ ਥੋੜੀ ਜਿਹੀ ਚਾਹੀਦੀ ਬਸ ਮਾੜੀ ਜੀ ਕਰੋ ਬਸ ਪਹਿਲੇ ਦਿਨ ਤੇ ਥੋੜੀ ਜਿਹੀ ਉਹਦੀ ਲਾਈਟ ਔਰੇਂਜੀ ਰਹਿੰਦੀ ਉਸ ਤੋਂ ਬਾਅਦ ਫਿਰ ਅਗਲੇ ਦਿਨ ਥੋੜੀ ਜਿਹੀ ਡਾਕ ਹੋ ਜਾਂਦੀ ਹੈ ਹਮਮ ਫਿਰ ਡਾਕ ਹੋ ਜਾਂਦੀ ਹੈ ਫਿਰ ਮਿਟਣ ਲੱਗ ਜਾਂਦੀ ਹੈ ਆਲਮੋਸਟ ਆਈ ਥਿੰਕ ਡਨ ਹੈ ਹੋ ਗਿਆ ਫਾਈਨਲ ਕੀ ਰਹਿ ਗਿਆ ਜੀ ਕੁਝ ਸੀਤ ਖਾਓ ਮਮਾ ਨੇ ਕੁਝ ਕੀਤਾ ਵੀ ਕਿ ਬਸ ਐਵੇਂ ਚੱਕਦਾ ਕੰਮ ਮਮਾ ਨੇ ਪਤਾ ਕਿੰਨਾ ਜ਼ਿਆਦਾ ਹਾਂ ਮੈਂ ਨਾ ਕੀਤੇ ਸ਼ੋ ਮੀ યો ਹੈਂ ਵੇਟ ਦੇ 1 ਸੈਕਿੰਡ ਫਿਰ ਪਤਾ ਲੱਗਦਾ ਵੇ ਕਿੰਦਾ ਦੀ ਮਹਿੰਦੀ ਹਮਮ ਆਈ ਥਿੰਕ ਵਧੀਆ ਲੱਗ ਰਹੀ ਹੈ ਨਾ ਆਰਾਮ ਨਾਲ ਆਰਾਮ ਨਾਲ ਇਦਾਂ ਦੀ ਕਿਊਟ ਮੂਵ ਨਾ ਕਰੋ ਹੈਂਡਸ ਤਾਂ ਤਾਂ ਹੀ ਪਤਾ ਲੱਗੇਗਾ ਨਾ ਬੈਕ ਸਾਈਡ ਵੀ ਵਾਓ ਸੋਹਣੀ ਲੱਗ ਰਹੀ ਸੀਰਤ ਅੱਛੀ ਹੈ ਤੇਰੀ ਮੰਮਾ ਨੇ ਸਾਰੀ ਕਲਾਕਾਰੀ ਵਧੀਆ ਚਲੋ ਜੀ ਹੁਣ ਆਪਾਂ ਛੋਟਾ ਜਿਹਾ ਇੱਕ ਵਲੋਗ ਬਣਾ ਲਿਆ ਮਹਿੰਦੀ ਵਾਲਾ ਗੁਰਸੀਰਤ ਨੇ ਗਿਦਾਰੀ ਡਾਲੀ ਸੀ ਕਿ ਆਪਾਂ ਮਹਿੰਦੀ ਲਵਾਣੀ ਲਵਾਣੀ ਮੈਂ ਤੇ ਆਪਾਂ ਘਾਰੀ ਕਰ ਲਿਆ ਸਿਸਟਮ ਫਿਰ ਤੇ ਤੁਸੀਂ ਹੁਣ ਸਾਰਿਆਂ ਨੇ ਕਮੈਂਟਸ ਕਰਕੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਵਲੋਗ ਕਿਦਾਂ ਦਾ ਲੱਗਾ ਗੁਰਸੀਰਤ ਦੀ ਜਿਹੜੀ ਮਹਿੰਦੀ ਆ ਉਹ ਕਿਦਾਂ ਦੀ ਮੰਮਾ ਨੇ ਵਧੀਆ ਲਾਈ ਜਾਂ ਨਹੀਂ ਲਾਈ ਤੁਸੀਂ ਦੇਖ ਸਕਦੇ ਹੋ ਤੇ ਦੱਸਣਾ ਤੁਸੀਂ ਆ ਸਾਡੇ ਲਈ ਤਾਂ ਬਹੁਤ ਵਧੀਆ ਪਰ ਹੁਣ ਦੱਸਣਾ ਤੁਸੀਂ ਇਹ ਮਹਿੰਦੀ ਕਿੱਦਾਂ ਦੀ ਲੱਗੀ ਤੇ ਜੇ ਕੁਝ ਗੱਲਾਂ ਆਪਾਂ ਇੰਟਰਸਟਿੰਗ ਵਿੱਚ ਕਰਦੇ ਰਹੇ ਹਨਾ ਗੁਰਸੇਰਤ ਬਾਰੇ ਵੀ ਤੇ ਤੁਸੀਂ ਉਹ ਵੀ ਦੱਸਣਾ ਵੀ ਤੁਹਾਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਫਨੀ ਲੱਗੀ ਜਾਂ ਕਿਹੜੀ ਇਮੋਸ਼ਨਲ ਗੱਲ ਸੀ ਇਹਨਾਂ ਚ ਤੇ ਸਭ ਕੁਝ ਤੁਸੀਂ ਦੱਸਣਾ ਕਿਹੜੀ ਗੱਲ ਕਿੱਦਾਂ ਸਾਨੂੰ ਉਹ ਕਿਹੜੀ ਵਧੀਆ ਲੱਗੀ ਕਿਹੜੀ ਨਹੀਂ ਵਧੀਆ ਲੱਗੀ ਤੇ ਮਹਿੰਦੀ ਕਿੱਦਾਂ ਦੀ ਲੱਗੀ ਆ ਤੁਸੀਂ ਮੈਕਸਿਮਮ ਲਾਈਕ ਕਮੈਂਟ ਸ਼ੇਅਰ ਵੀ ਕਰਨਾ ਤੇ ਬੈਲ ਆਈਕਨ ਨਾ ਭੁੱਲਿਆ ਕਰੋ ਪਲੀਜ਼ ਰਿਕਵੈਸਟ ਆ ਸਾਰਿਆਂ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਉਹਦੇ ਨਾਲ ਜਿੰਨੀਆਂ ਵੀ ਸਾਡੀ ਵੀਡੀਓਜ਼ ਆਪਾਂ ਨਵੀਆਂ ਪਾਵਾਂਗੇ ਉਹਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਕੋਈ ਮਿਸ ਨਹੀਂ ਕਰ ਸਕੋਗੇ ਤੁਸੀਂ ਸਾਡੀ ਵੀਡੀਓ ਸੋ ਰਿਕਵੈਸਟ ਆ ਪਲੀਜ਼ ਗਾਇਜ਼ ਜਿੰਨੇ ਜਿੰਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੇ ਜਿਹੜੇ ਵੀਡੀਓ ਵੇਖਣਗੇ ਉਹ ਪਲੀਜ਼ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਜੇ ਤੇ ਮੈਕਸਿਮਮ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਿਆ ਜੇ ਕਮੈਂਟ ਕਰਕੇ ਦੱਸਣਾ ਮਹਿੰਦੀ ਕਿੱਦਾਂ ਦੀ ਲੱਗੀ ਐਂਡ ਜਿਹੜੀਆਂ ਗੱਲਾਂ ਸੀ ਉਹ ਤੁਹਾਨੂੰ ਕਿਹੜੀ ਪਸੰਦ ਆਈ ਕਿਹੜੀ ਨਹੀਂ ਪਸੰਦ ਆਈ ਪਲੀਜ਼ ਰਿਕਵੈਸਟ ਆ ਸੋ ਟੇਕ ਕੇਅਰ ਗਾਇਜ਼ ਸਤਿ ਸ਼੍ਰੀ ਅਕਾਲ ਬਾਏ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੀਰ ਸੀਸ ਬਾਏ 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 ਬਾਏ